ਅੱਜ ਮਿਤੀ 3/2/24 ਨੂੰ ਸਰਦਾਰ ਨਰਭੈਰ ਸਿੰਘ ਵਾਸੀ ਗੋਲਦੁੰਨਾ ਜ਼ਿਲ੍ਹਾ ਬਰਨਾਲਾ ਭਾਨੇ ਦਾ ਚਾਚਾ ਜਿਹਨੇ ਇੱਕ ਦਰਖਾਸਤ ਆਪਾਂ ਉੱਥੇ ਦੇ ਦਿੱਤੀ ਸੀਗੀ ਵੀ ਸਾਡੇ ਤੇ ਝੂਠੇ ਭਾਈ ਮੁਕੱਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ। ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਇਹ ਫੈਸਲਾ ਇਹ ਹੋਇਆ ਵੀ ਭਾਈ 6 ਦਿਨਾਂ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ। ਛੱਡ
ਜਿਹੜੀ ਗੱਲ ਤੇ ਫਸਿਆ ਸੀ ਆਪਾਂ ਇਹ ਕਹਿੰਦੇ ਜਮਾਨਤ ਲਓ, ਆਪਾਂ ਕਹਿੰਦੇ ਨਹੀਂ ਲਾਉਣੀ, ਪਰ ਚੋ ਡਿਸਚਾਰਜ ਕਰੋ, ਕਸਰ ਕਰੋ, ਉਹਦੇ ਆਪਣੀ ਸਹਿਮਤੀ ਬਣੀ ਬੜਾ ਸਖ਼ਤ ਬਣਾਈ ਹੋਈ ਆ। ਉਹ ਤੁਹਾਡੇ ਨਾਲ ਏਡੀ ਜੀ ਪ੍ਰਸ਼ਾਦ ਚਰਨ ਸਿੰਘ ਜੀ ਇਹ ਗੱਲਬਾਤ ਕਰਨਗੇ। ਦੋ ਮਿੰਟ ਨੇ ਬੋਲਿਆ, ਉਸ ਤੋਂ ਬਾਅਦ ਆਪਾਂ ਦੁਬਾਰਾ ਲਾਉਣੇ ਆ, ਉਸ ਤੋਂ ਬਾਅਦ ਆਪਣੀ ਜਿਹੜੀ ਅਗਲੀ ਕਾਰਵਾਈ ਕਰਦੇ ਹਾਂ।